ਪੇਸ਼ਕਸ਼ ਚਾਬੀ ਅੱਗੇ ਪਿੱਛੇ ਹੈ ਜੀ ਇਸ ਤਾਲੇ ਦੀ ਔਰ ਸਿੱਧੀ ਵੱਜੀ ਹਾਫਿਜ਼ ਰਫੀਕ ਦੀ ਨੰਬਰ ਸ਼ੀਲੇ ਨਾਲ ਦੇ ਖਾਤੇ ਜੁੜ ਰਿਹਾ ਹੈ ਕਿੰਨੇ ਦੀ ਸਨੀ ਰਾਈਟ ਦੇ ਕਿੰਨਾ ਅਬਦੁੱਲਾ ਦੇ ਸਨੀ ਸਨੀ 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 ਦੇ ਕਿੰਨਾ ਬੱਲੇ ਬੱਲੇ ਆਇਤ ਰਸੂਲ ਹੋਵੇ ਜਾਂ ਸ਼ਕੀਲ ਹੋਵੇ ਸ਼ਕੀਲ ਆ ਸ਼ਾਇਦ ਨਾ ਜੀ 72 ਗੱਡੀਆਂ ਦੇ ਨਾਲ ਚੱਲੇ ਦਾ ਇਸ ਮੁੰਡੇ ਦਾ ਇਮਤਿਆਜ਼ ਆਲਮ ਦਾ ਸ਼ਗਿਰ ਦੇ ਵਿਦੇ ਤਸ਼ਕੀਲ ਸ਼ਕੀਲ ਤੇ ਕਾਰੀ ਕਾਰੀ ਸ਼ਕੀਲ ਲੈਲਪੁਰ ਲਈਆ ਲਈਆ ਦੇ ਲੈਲਪੁਰ ਆਏ ਹਨ ਲਈਆ ਦੇ ਫੈਸਲਾਬਾਦ ਫੈਸਲਾਬਾਦ ਤੇ ਲਈਆ ਆਏ ਜ਼ੋਰ ਲੱਗਦਾ ਹੋਇਆ ਆਏ ਜ਼ੋਰ ਲੱਗਦਾ ਹੋਇਆ ਚੜੀ ਜਵਾਨੀ ਮਿੱਤਰਾ ਆਏ ਦੇਖ ਜਰਾ 83 ਦੇ ਭਾਗੀ ਮੈਚ ਫਿਰ ਬਰਾਬਰ ਆਏ ਹਨ 14-16 ਇੱਧਰ ਫਿਰ ਇੱਕ ਵਾਰੀ ਸਨੀ ਦਾ ਟਰਾਈ ਸਨੀ ਦੇ ਨਾਲ ਟਰਾਈ ਕਰਕੇ ਦੇਖਣਾ ਭਾਜੀ ਸਾਈਡ ਤੇ ਜਾ ਭਾਜੀ ਉਸ ਸਾਈਡ ਤੇ ਚਲੇ ਜਾ ਉਧਰ ਚਲੇ ਜਾਓ ਫੌਰਨ ਹਟ ਜਾਓ ਅੱਲਾ ਨਾ ਕਰੇ ਇਹ ਨਾ ਸਮਝੇ ਨਾਲ ਵਾਲਾ ਵੀ ਇਹ ਬੰਦਾ ਹੱਸਣ ਡਿਆ ਤੇ ਕੰਮ ਉਧਰੋਂ ਪੂਰਾ ਹੋ ਗਿਆ ਹੋਵੇ ਸਿੱਧੀ ਵੱਜੀ ਦੇ ਨੰਬਰ ਜੁੜ ਗਿਆ ਜੀ 83 ਚੱਕ ਵਾਲੇ ਤਾਹਰ ਗੁੱਜਰ ਯਾਰ ਇੱਕ ਬੰਦਾ ਭੇਜ ਦੇ ਮਿਹਰਬਾਨੀ ਕਰੋ ਬਾਲੂ ਗੁੱਜਰ ਰੇਡ ਤੇ ਗਿਆ ਜੀ ਬਾਲੂ ਗੁੱਜਰ ਹਾਂ ਅਸੀਂ ਫਿਰ ਇਹ ਵੀ ਕਰਨਾ ਠੀਕ ਹੈ ਉਸਮਾਨ ਉਸਮਾਨ ਸ਼ਾਨੀ ਉਸਮਾਨ ਵੀ ਪਈ ਹੋਈ ਰੋਡ ਵਿੱਚ ਮੈਦਾਨ ਦੇ ਬੱਕਾ ਲਾਉਣ ਦੀ ਕੋਸ਼ਿਸ਼ ਆ ਭਾਈ ਇਨਾਮ ਲੈ ਸਰਦਾਰ ਗੁਲਾਮ ਮੁਸਤਫਾ ਬਲੋਚ ਕੋਲੋਂ ਜੀ ਅਗਲੀ ਨੇੜ ਤੇ ਪਹੁੰਚਿਆ ਜੀ ਮੁੰਡਾ 83 ਚੱਕ ਵੱਲੋਂ ਮੁੰਡੇ ਦਾ ਤੱਲਾ ਇੱਕ ਲੈਲਪੁਰ ਦੇ ਨਾਲ ਲੱਗਦਾ ਹੈ ਔਰ ਨਾਮ ਸ਼ਾਇਦ ਰਸ਼ੀਦ ਹੋਵੇ ਜਾਂ ਸ਼ਕੀਲ ਹੋਵੇ ਸ਼ਕੀਲ ਆ ਸ਼ਾਇਦ ਨਾ ਜੀ 72 ਗੱਡੀਆਂ ਦੇ ਨਾਲ ਚੱਲੇ ਦਾ ਇਸ ਮੁੰਡੇ ਦਾ ਇਮਤਿਆਜ਼ ਆਲਮ ਦਾ ਸ਼ਗਿਰ ਦੇ ਚਾਸਾਈਏ ਤੇ ਤਾੜੀ ਵਜਾਉਂਦੇ ਅਗਲੀ ਗੱਲਬਾਤ ਕਰਨਗੇ ਜਨਾਬ ਚੌਧਰੀ ਯਾਸਰ ਜੱਟ ਅੱਛਾ ਯਾਰ ਕਮੇਟੀ ਦੀ ਗੁਜ਼ਾਰਿਸ਼ ਆ ਭਾਜੀ ਆ ਥੋੜਾ ਪਿੱਛੇ ਹੋਈ ਜਿਹੜੀ ਚੋਟਿਆਂ ਦੀ ਲੈਣ ਲਾਈ ਹੋਈ ਨਾ ਤਾਹਰ ਗੁੱਜਰ ਜਿਹੜੀ ਡਿਸਿਪਲਿਨ ਦਾ ਮੁਜ਼ਾਹਰਾ ਕਰ ਉੱਧਰਲੇ ਪਾਸੇ ਪਹਿਲੀ ਗੁੱਜਰ ਟੱਕਰ ਹੋਈ ਆ ਸੱਜੀ ਕਰੀਓ ਪਰ ਕਹਿੰਦੇ ਪਹਿਲੀ ਟੱਚ ਦਾ ਹੀ ਜਾਂਦਾ ਹੈ ਟੱਪਦਾ ਹੀ ਜਾਂਦਾ ਹੈ ਪਹਿਲੀ ਗੁੱਜਰਾ ਇੱਧਰ ਆ ਜਾ ਭਾਜੀ ਆ ਜਾ ਜੇ ਗੁੱਜਰ ਹੋਵੇ ਤੇ ਕਹਿੰਦੇ 7-8 ਪੀੜੀਆਂ ਮੱਝਾਂ ਦਾ ਦੁੱਧ ਨਾ ਪੀਵੇ ਇਹ ਹੋ ਨਹੀਂ ਸਕਦਾ ਤੇ ਗੱਲ ਦਾ ਕਰਨਾ ਸੱਚ ਦਾ ਕਰਨਾ ਉਹ ਜੋ ਹੀ ਰੱਖ ਕਬੱਡੀ ਦੇ ਵੱਲੋਂ ਫਿਰ ਕਰ ਚੁੱਕਿਆ ਹੈ ਨੌਜਵਾਨ ਕਮੈਂਡਰ ਆਫਿਜ਼ ਉਸਮਾਨ ਪੱਲੇ ਪਰ ਦੇ ਥਮਾ ਆਏ ਲਾ ਦੇ ਮਾਰਿਆ ਆਏ ਹਾਏ ਹਾਏ ਮਿੱਤਰੋ ਤਾੜੀ ਮਾਰ ਦੇ ਕਰੀ ਜੋਰ ਦਾ ਇੱਧਰ ਆ ਜਾ ਮਿੱਤਰਾ ਇੱਧਰ ਆ ਜਾ ਉੱਧਰ ਕਬੱਡੀ ਦੇ ਵੱਲੋਂ ਫਿਰ ਕਰੇ ਮੁਹੰਮਦ ਸ਼ਕੀਲ ਕਹਿੰਦੇ ਉਸਤਾਦ ਇਮਤਿਆਜ਼ ਵਾਲਾ ਬੱਚ ਹੋਤਾ ਸ਼ਗਿਰਦ ਲੈਲਪੁਰ ਦੇ ਨਾਲ ਮੁੰਡੇ ਦਾ ਪੱਲੇ ਪਰ ਮੇਰੇ ਚਾਰ ਚਾਰੇ ਪਿਆਰ ਦਾ ਪਿਆਰ ਕਾਰੀ ਗੁੱਜਰ ਤਸ਼ਕੀਲ ਕਾਰੀ ਗੁੱਜਰ ਤਸ਼ਕੀਲ ਆਏ ਦੇਖ ਕੇ ਜਾਂ ਲਿਸ਼ਕਾ ਮਾਰਦਾ ਪਿੰਡਾ ਸ਼ਗੀਲ ਮਿੱਤਰਾ ਇੱਧਰ ਆ ਜਾ ਇੱਧਰ ਆ ਜਾ ਭਾਈ ਕਾਸ਼ਿਫ ਐਸ ਨੇ ਉਹਨਾਂ ਦੇ ਨਾਲ ਜਨਾਬ ਵਾਲੇ ਭਾਈ ਮੁਸਤਫਾ ਬਲੋਚ ਲੋਕਾਂ ਦੀ ਬਾਰਿਸ਼ ਕਰਦੇ ਹੋਏ ਆ ਇੱਧਰ ਕਬੱਡੀ ਫਿਰ ਕਰੀ ਪੈ ਗਈ ਨੌਜਵਾਨ ਕਬੱਡਰ ਕਾਲੇ ਰੰਗ ਦਾ ਕੱਛਾ ਪਾਇਆ ਹੋਇਆ ਕਹਿੰਦਾ ਬਾਪੂ ਦੇ ਗਿੱਠ ਗਿੱਠ ਪੈਰ ਜ਼ਮੀਨ ਤੇ ਉੱਤੇ ਹੁੰਦੇ ਆ ਇੱਧਰ ਕਹਿੰਦੇ ਕਬੱਡੀ ਪੈ ਗਈ ਮਿੱਤਰੋ ਕਰੀ ਕਬੱਡੀ ਦੇਖ ਕੇ ਉਹ ਦੇਖ ਜਰਾ ਸੱਜੀ ਕਰੀ ਹਲਕਾ ਜਿਹਾ ਠੱਪਾ ਹਾਏ 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 ਇੱਧਰ ਆ ਜਾ ਮਿੱਤਰਾ ਇੱਧਰ ਆ ਜਾ ਇੱਧਰ ਆ ਜਾ ਮਿੱਤਰਾ ਨਾਮ ਲੈ
ਆਦੂ ਅੰਦਰ ਫਿਰ ਇੱਕ ਵਾਰੀ ਕਬੱਡੀ ਦੇ ਵੜ ਕੇ ਐਸ ਨੂੰ ਦੇਖਦੇ ਪਹਿਲੀ ਗੁੱਜਰ ਆਦੇ ਵੀਰੇ ਇਧਰ ਆਪਣਾ ਨਾਮ ਲੈ ਜਾ ਪਹਿਲੀ ਗੁੱਜਰ ਦੀ ਕਬੱਡੀ ਨਿਸ਼ਾਨ ਨਿਸ਼ਾਨੀ ਦੀਆਂ ਮਿਹਨਤਾਂ ਕਲੀਨ ਹੈਦਰ ਗੁੱਜਰ ਦੀਆਂ ਮਿਹਨਤਾਂ ਬੱਬੇ ਦੀ ਧਰਤੀ ਤੇ ਤਲਕ ਮੁੰਡੇ ਦਾ ਪਹਿਲੀ ਗੁੱਜਰ ਕਬੱਡੀ ਦੇ ਬਾਰੇ ਤਾਂ ਵਧੀਆ ਹੋਇਆ ਆਪੀ ਵੀਰੇ ਆਪੀ ਵੀਰੇ ਇਨਾਮ ਲੈ ਜਾ ਭਾਜੀ ਆਪਣਾ ਆਇਆ ਹੈ ਮਾਸ਼ਾਅੱਲਾ ਸਰਦਾਰ ਅਦਨਾਨ ਡੋਗਰ ਸਾਹਿਬ ਮਾਸ਼ਾਅੱਲਾ ਕੋਟਾ ਦੀ ਬਾਰਿਸ਼ ਸਰਦਾਰ ਸਾਹਿਬ ਦਾ ਨਾਮ ਵੀ ਹੋ ਗਿਆ ਕਬੱਡੀ ਪਾ ਗਈ ਫਿਰ ਇੱਕ ਵਾਰੀ ਹਾਫਿਜ਼ ਉਸਮਾਨ ਲਾਲਪੁਰ ਦੇ ਨਾਲ ਤਲਕ ਮੁੰਡੇ ਦਾ ਮੂਹਰੇ ਚਾਰ ਅੜੀਆਂ ਫੜ ਕੇ ਚਾਰੋਂ ਪੈਰ ਫਿਰ ਪੈਰ ਵੇਖ ਕੇ ਕਿਹੜਾ ਨੱਥ ਪੈਂਦਾ ਹੈ ਸੱਜੀ ਕੰਨੀ ਟਰਾਈ ਕੀਤੀ ਹੈ ਨੱਥ ਪੈਰ ਦੀ ਪਰ ਮੁੰਡੇ ਨੇ ਮੇਰੇ ਚੱਕ ਨਾ ਮੋਟਾ ਦੇ ਕੰਨ ਪਾਰੀ ਮਾਰ ਦੇ ਹਾਏ 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 ਸ਼ਾਬਾ ਸ਼ਾਬਾ ਨੀ ਕਬੱਡੀ ਦੇ ਵਾਹ ਵਾਹ ਨੀ ਕਬੱਡੀ ਦੇ ਵਾਹ ਵਾਹ ਨੀ ਕਬੱਡੀ ਦੇ ਵਸੀਮ ਫਿਕਰ ਉਹ ਆ ਗਏ ਸ਼ਕੀਲ ਸੋਹਣਾ ਅੱਜਾ ਦਾ ਮੁੰਡਾ ਇੱਧਰ ਆ ਗਿਆ ਭਾਜੀ ਆਪਣਾ ਨਾਮ ਲੈ ਜਾਣ ਕੇ ਇੱਧਰ ਆ ਗਿਆ ਭਾਜੀ ਇੱਧਰ ਆ ਗਿਆ ਫਿਰ ਕਈ ਸ਼ਕੀਲ ਲਾਲਪੁਰ ਦੇ ਨਾਲ ਤਲਕ ਉਸਤਾਦ ਦੀ ਕਿਆਦਲ ਕਸ਼ਮੀਰ ਦਾ ਪੂਰੇ ਟੱਕਰ ਹੋਈ ਜਿਹੜਾ ਪਹਿਲਾ ਨੌਜਵਾਨ ਕਬੱਡਰ ਐਸ ਨੂੰ ਜਿਹੜਾ ਬਹੁਤ ਹੀ ਸ਼ਕੀਲ ਆ ਆਹ ਦੇਖ ਦੂਜਾ ਵੀ ਸ਼ਕੀਲ ਤੇ ਤੀਜਾ ਵੀ ਸ਼ਕੀਲ ਆਹ ਦੇਖ ਮੁੰਡੇ ਦੇ ਨਾਂ ਰੋਕ ਲਿਆ ਕਹਿੰਦਾ ਇੱਧਰ ਰੋਕ ਕੇ ਇੱਧਰ ਗੱਡੀ ਰੋਕ ਕੇ ਇੱਧਰ ਸ਼ੀਲਾ ਮਹਿਰ ਆਏ ਹਾਏ ਹਾਏ ਤਾੜੀ ਮਾਰ ਦੇ ਮਿਲ ਐਸ ਨੇ ਕੋਈ ਇੱਧਰ ਆ ਗਿਆ ਸ਼ੀਲਾ ਮਹਿਰ ਇੱਧਰ ਆ ਗਿਆ ਆਏ ਹਾਏ ਬਹੁਤ ਤਗੜਾ ਪੁਆਇੰਟ ਆਪਣੀ ਵਿਕਟ ਤੇ ਜੋੜਿਆ ਜਿਹੜਾ ਪਹਿਲਾਂ ਚੌਧਰੀ ਤਨਵੀਰ 66 ਨੰਬਰ ਨੂੰ ਇੱਕ ਵਾਰੀ ਬਾਰ ਸ਼ੀਲਾ ਮਹਿਰ ਇੱਧਰ ਆ ਗਿਆ ਭਾਈ ਇੱਧਰ ਆ ਗਿਆ ਆਏ ਹਾਏ ਪਹਿਲੀ ਪੁਆਇੰਟ ਨੂੰ ਦੱਸੋ 6-6 ਪੁਆਇੰਟ ਬਰਾਬਰ ਵਿਕਟ ਅਗਰ ਪੌਂਟੀ ਪਸੰਦਾ ਤਾੜੀ ਮਾਰ ਦਿਓ 7-6 ਦਾ ਭੇਟ ਚੱਲਦਾ ਹੈ ਅੱਜ ਤੇ ਮੋਟਾ ਦੀ ਬਾਰਿਸ਼ ਹੋ ਗਈ ਹੈ ਤੇ ਵੇਖ ਕੇ ਪੇਪਰ ਪਾਸੇ ਪਾਕਿਸਤਾਨ ਵਾਂਗ ਰਹਿੰਦੇ ਨੇ ਆਦੀ ਗਿਰੇ ਇੱਧਰ ਆ ਜਾ ਆਪਣਾ ਨਾਮ ਲੈ ਜਾ ਤੇ ਜਦ 296 ਵਾਲੇ ਪੌਂਟੀ ਕੱਪ ਕਰਾਉਂਦੇ ਨੇ ਪੌਂਟੀ ਕੱਪ ਕਰਾਉਂਦੇ ਨੇ ਆਏ ਹਾਏ ਬਾਲੀ ਆ ਜਾ ਇੱਧਰ ਆ ਜਾ ਬਾਲੀ ਆ ਇੱਧਰ ਆ ਜਾ ਓ ਹੋ ਅੱਜ ਤੇ ਕਬੱਡੀ ਦਾ ਸਰੂਰ ਆ ਗਿਆ ਮਿੱਤਰੋ ਤੇ ਚੁੱਪ ਰਹਿਣਾ ਸਿੱਖ ਮਨਾ ਕੋਈ ਨਾਮ ਨਹੀਂ ਬਹੁਤਾ ਬੋਲਣਾ ਮੈਂ ਸੋਣਾ ਪੱਤਾ ਰੋਲ ਜਾਂਦਾ ਹੈ ਕਿਲ ਕੇ ਭੇਦ ਖੋਲਣ ਦਾ ਆਓ ਕਬੱਡੀ ਭਾਗੀ ਸਮਾਨ ਦੀ ਪੂਰੇ ਦੇਖ ਲਿਆ ਆਓ ਸੱਜੀ ਤੇ ਮੈਂ ਟੋਲ ਕੀਤੀ ਹੈ ਇਸ ਨੇ ਸਭੀ ਆਓ ਦੇਖ ਸਭੀ ਰਾਈ ਤੇ ਉਸਮਾਨ ਉਸਮਾਨ ਤੇ ਸਭੀ ਕਿੱਤਾ ਖਿੱਚਾ ਹੈ ਪਰ ਜ਼ੋਰ ਲਾਉਣ ਦੀ ਕੋਸ਼ਿਸ਼ ਹੈ ਉਸਮਾਨ ਇੱਧਰ ਆ ਜਾ ਮਿੱਤਰ ਇੱਧਰ ਆ ਜਾ ਤੈਨੂੰ ਇੱਧਰ ਸਾਡੇ ਸਟੇਜ ਵਾਲੇ ਪ੍ਰਾਹੁਣੇ ਡੂਬਦੇ ਪਏ ਆ ਇੱਧਰ ਡੂਬਦੇ ਪਏ ਸਾਡੇ ਸਟੇਜ ਵਾਲੇ ਪ੍ਰਾਹੁਣੇ ਅੱਜ ਕਹਿੰਦੇ ਗੋਲੀਆਂ ਭਰੀਆਂ ਹੋਈਆਂ ਪੈਸਿਆਂ ਦੀਆਂ ਇੱਧਰ ਅੱਜ ਮੋਟਾ ਦੀ ਬਾਰਿਸ਼ ਚੱਲਦੀ ਹੋਈ ਆ ਔਰ ਲੱਖਾਂ ਸਲਾਮ ਕਬੱਡੀ ਪ੍ਰਮੋਟਰਾਂ ਨੂੰ ਕਿਉਂਕਿ ਭਾਜੀ ਕਬੱਡੀ ਤਾਂ ਪ੍ਰਮੋਟ ਹੁੰਦੀ ਆ ਕਿ ਜਿਗਰਾ ਵੱਡਾ ਹੋਣਾ ਚਾਹੀਦਾ ਕਬੱਡੀ ਖੇਡਣ ਲਈ ਜਿਗਰਾ ਵੀ ਪੱਤਰ ਸ਼ੇਰ ਜਿਹਾ ਹੋਣਾ ਚਾਹੀਦਾ ਭਾਜੀ ਪੁਆਇੰਟ ਟੇਬਲ ਦੱਸੇ ਕਰੀ ਪੁਆਇੰਟ ਟੇਬਲ ਤੋਂ ਦੱਸੇ ਕਰੀ 8-7 ਦਾ ਭੇੜਾ 8.6 ਤੋਂ 83 ਦੇ 7 ਪੁਆਇੰਟ ਭਾਜੀ ਕਬੱਡੀ ਦੇ ਬਰਾਬਰ ਆਏ ਹਾਏ ਯਕੀਨ ਕਰੋ ਕਿ ਆ ਵੇਖ ਇੱਕ ਵਾਰ ਕਬੱਡੀ ਖੇਡਾਂ ਦੀ ਸਰਕਾਰ ਕਬੱਡੀ ਜਿਹੜਾ ਦਾ ਨਾਮ ਕਬੱਡੀ ਪਾਕਿਸਤਾਨ ਦੀ ਆਣ ਕਬੱਡੀ ਸਾਰੀਆਂ ਖੇਡਾਂ ਨਾਲ ਬੜੇ ਵਧੀਆ ਮੁਕਾਮ ਕਬੱਡੀ ਦਾ ਸਾਰੀਆਂ ਖੇਡਾਂ ਨਾਲ ਵਧੀਆ ਭਾਜੀ ਕੋਲਾ ਕਬੱਡੀ ਪਸਤਾਨੀ ਗੇਮ ਹੈ ਅਸੀਂ ਦੋਹੇ ਖੇਲ ਬਲਾਦੇ ਮੈਂ ਗੁਜ਼ਾਰਿਸ਼ ਕਰਦਾ ਜਨਾਬਾਂ ਦਾ ਕੋਚ ਪ੍ਰਧਾਨ ਜੀ ਭਾਜੀ ਕੋਲਗਾ ਕਿ ਅਸੀਂ ਦੋਹੇ ਖੇਲ ਬਲਾਦੇ ਅਸੀਂ ਦੋਹੇ ਖੇਡਣਾ ਚਾਹੁੰਦੇ ਹਾਂ ਮਿੱਤਰੋ ਕਬੱਡੀ ਦੇ ਇੱਕ ਬਹਾਨਾ ਅਸੀਂ ਸਾਰੇ ਮਿਲਣਾ ਚਾਹੁੰਦੇ ਹਾਂ ਇੱਧਰ ਕਬੱਡੀ ਪਾ ਗਈ ਥੋੜੇ ਕਰੀ ਨੌਜਵਾਨ ਕਬੱਡਰ ਇਸ ਵੇਲੇ ਦੇਖੋ ਚਿੱਟੇ ਰੰਗ ਦਾ ਪੱਛਾ ਬੱਲੇ ਬੱਲੇ ਸੁਣਾ ਚੱਲਦਾ ਹੋਇਆ ਦੇਖ ਜਰਾ ਪੂਰੇ ਵੱਲ ਕਿਹੜਾ ਮਜ਼ਾ ਵੱਧਦਾ ਕਿਹੜਾ ਪਿਆਰ ਵਰ ਪਿਆਰ ਸੱਜੀ ਬੰਨੀਆਂ ਗਿੱਟਾ ਖਿੱਚਿਆ ਹੋਇਆ ਜ਼ੋਰ ਲੱਗਦਾ ਹੋਇਆ ਜਿਹੜੀ ਜਵਾਨੀ ਆਓ ਦੇਖ ਮੁੰਡਾ ਬੱਕਦਾ ਹੀ ਜਾਂਦਾ ਹੈ ਬੱਕਦਾ ਹੀ ਜਾਂਦਾ ਹੈ ਮਾਨੂ ਜੱਟ ਆਏ ਕਰੀ ਤਾੜੀ ਮਾਰਦੇ ਮਾਨੂ ਜੱਟ ਵਾਸਤੇ ਇਹ ਕਰੀ ਤਾੜੀ ਮਾਰਦੇ ਮਾਨੂ ਜੱਟ ਵਾਸਤੇ ਆਏ ਹਾਏ ਹਾਏ ਅੱਜ ਤੋਂ ਜੱਟ ਅੱਤ
ਪੜਾਈ ਜਾਂਦਾ ਆਏ ਹੈ ਮਾਨੂੰ ਜਾਂ ਤਾਂ ਇੱਧਰ ਆ ਜਾ, ਇੱਧਰ ਆ ਜਾ ਮਿੱਤਰਾ, ਸਟੇਜ ਤੇ ਆ ਜਾ, ਇੱਧਰ ਆ ਜਾ ਮਿੱਤਰਾ। ਆਹੋ ਭਾਜੀ ਪੁਆਇੰਟ ਦੇ ਨਾਲ ਨਾਲ ਦੱਸੀ ਜਾਓ ਭਾਜੀ, ਕਿਉਂਕਿ ਮੈਚ ਬਹੁਤ ਵੱਡਾ 9-7 ਦਾ ਭੇੜ ਚੱਲਦਾ ਹੋਇਆ ਉਸ ਨੇ ਦੇਖ ਕੇ ਫਿਰ ਕਰੀ ਕਿ ਜਦੋਂ ਲਾਲਾ ਦੀ ਪਹਿਚਾਣ ਕਰਨੀ ਹੋਵੇ ਪਹਿਲੇ ਪੱਥਰਾਂ ਦਾ ਕਾਰੋਬਾਰ ਕਰਦੇ, ਉਹ ਦੇਖ ਪਹਿਲੇ ਪੱਥਰਾਂ ਦਾ ਕਾਰੋਬਾਰ ਕਰਦੇ। ਇੱਧਰ ਆ ਜਾ ਆਪੀ ਵੀ, ਇੱਧਰ ਆ ਜਾ ਆਪੀ, ਇੱਧਰ ਆ ਜਾ ਭਾਜੀ, ਆ ਜਾ ਆ ਜਾ ਆਪਣਾ ਨਾਮ ਲੈ ਜਾ ਭਾਜੀ। ਕਬੱਡੀ ਪਸੰਦ ਆ ਤਾਰੂ ਮਾਰਦੇ ਕਰ ਜਨਾਬੇ ਦਾ ਸਰਦਾਰ ਅਦਨਾਨ ਟੋਕਰ, ਜਨਾਬੇ ਦਾ ਪੂਰਾ ਮੁਹੱਬਤ ਆ ਕਿਉਂਕਿ ਬਹੁਤ ਤਗੜੇ ਸ਼ਹਿਰ ਦੇ ਕਬੱਡੀ ਪ੍ਰਮੋਟਰ ਆ। ਰੱਬ ਸੋਹਣਾ ਚੜ੍ਹਦੀ ਕਲਾ ਵਿੱਚ ਰੱਖੇ। ਇੱਧਰ ਕੀ ਹੋ ਗਿਆ, ਇੱਧਰ ਕੀ ਹੋ ਗਿਆ, ਭਾਰੀ ਗੁੱਜਰ ਨੇ ਹੋਣੀ ਚੁਣਿਆ ਪਰ ਪਹਿਲੀ ਗੁੱਜਰ। ਆ ਜਾ ਮਿੱਤਰਾ, ਇੱਧਰ ਆ ਜਾ, ਇੱਧਰ ਆ ਜਾ ਭਾਜੀ, ਆਪਣਾ ਨਾਮ ਲੈ ਜਾ, ਉਸ ਨੇ ਦੇਖ ਗਿਆ। ਜਨਾਬੇ ਦਾ ਇੱਧਰ ਕਬੱਡੀ ਫਿਰ ਮਿਲ ਪਾ ਗਈ ਨੌਜਵਾਨ ਕਬੱਡਰ, ਇਸ ਵਿੱਚ ਦੇਖ ਕੇ ਜਨਾਬੇ ਦਾ ਚੌਧਰੀ ਤਨਵੀਰ ਸ਼ਾਟ ਹੋਇਆ, ਸਰਦਾਰ ਅਦਨਾਨ ਡੋਗਰ ਸ਼ਾਟ ਹੋਇਆ। ਕਹਿੰਦੇ ਬਹੁਤ ਤਗੜੇ ਕਬੱਡੀ ਪ੍ਰਮੋਟਰ, ਉਹ ਦੇਖੇ ਕਰੀ ਕਬੱਡੀ ਦੇਖ ਕੇ, ਇੱਧਰ ਕਬੱਡੀ ਦੇਖ ਕੇ, ਉਹ ਦੇਖ ਰਾਹ ਰੋਕਣ ਦੀ ਕੋਸ਼ਿਸ਼, ਉਹ ਦੇਖ ਕੇ ਮੇਰੇ ਵੱਜ ਗਏ ਲਕਾਰਾ, ਰਾਹ ਰੋਕਣ ਦੀ ਕੋਸ਼ਿਸ਼ ਮਿੱਤਰ ਇੱਧਰ ਆ ਗਿਆ ਮਿੱਤਰਾ। ਆਏ ਹਾਏ ਜ਼ਮੀਨ ਦੇ ਨਾਲ ਸਰੂਰ ਆ ਗਿਆ, ਕਬੱਡੀ ਦਾ ਸਰੂਰ ਆ ਗਿਆ ਤੇ ਦੇਖ ਕੇ ਖਿਲਾੜੀਆਂ ਨੂੰ ਹਾਂ ਠਰੇ ਹੋਏ ਨੇ। ਅੱਜ ਖਿਲਾੜੀਆਂ ਨੇ ਦਿਲ ਵਿੱਚ ਭਰੂਰ ਭਰੇ ਹੋਏ ਨੇ। 8-11 ਦਾ ਭੇੜ ਭਾਜੀ, 11-6 ਤੇ ਸਰਦਾਰ ਅਦਨਾਨ ਡੋਗਰ ਸਾਹਿਬ ਕਬੱਡੀ ਦੇਖ ਕੇ। ਮਿੱਤਰਾ ਇੱਧਰ ਆ ਜਾ ਭਾਜੀ, ਇੱਧਰ ਆ ਜਾ, ਆਪਣਾ ਨਾਮ ਲੈ ਜਾਣ ਕੇ ਹਾਰ ਜੇਤੀਆਂ ਧੁੱਪਾਂ ਵਿੱਚ ਜਿਹੜੇ ਸਰੀਰ ਭਾਜੀ। 8-11 9-11 ਦਾ ਭੇੜ ਹੈ ਭਾਜੀ, 9-11 ਦਾ, 11-6 ਦੇ ਭਾਜੀ। ਉੱਧਰ ਕਬੱਡੀ ਫਿਰ ਕਰ ਪੈ ਗਈ ਹੈ, ਬੱਲੇ ਬੱਲੇ ਦਾ ਸਮਾਂ ਚੱਲਦਾ ਹੋਇਆ ਨੌਜਵਾਨ ਕਬੱਡਰ ਤੇ ਪਹਿਚਾਣ ਖੋਜਦਾ ਫਿਰਨਾ ਦਾ, ਪਹਿਚਾਣ ਖੋਜਦਾ ਫਿਰਨਾ ਦਾ, ਇਨਸਾਨਾਂ ਦੀ ਇਨਸਾਨਾਂ ਚੋਂ ਮੈਂ ਫੁੱਲ ਗੁਲਾਬ ਤੋਂ ਲੱਭਦਾ ਫਿਰਨਾ ਦਾ, ਅਖੀਰ ਕਰਵਾਉਂਦੇ ਹੋਏ ਕਬੱਡੀ ਖੇਡਦਾ ਜਦੋਂ ਮੈਦਾਨ ਫੱਫਦਾ ਖਿੱਚ ਪੈਂਦੀ ਹੈ, ਇੰਝ ਦੀਵਾਨਿਆਂ ਨੂੰ ਸੱਜਣਾ ਸ਼ਮਾ ਦੇ ਵੱਗ ਹੈ, ਖੇਡ ਪੈਂਦੀ ਸੱਦ ਲੈਂਦੀ ਹੈ ਕੋਲ ਪਰਵਾਨਿਆਂ ਨੂੰ। ਆਏ ਹਾਏ ਇੱਧਰ ਆ ਜਾ ਮਿੱਤਰਾ, ਇੱਧਰ ਆ ਜਾ ਬਾਲੀ, ਇੱਧਰ ਆ ਜਾ। ਇਸ ਵੇਲੇ ਸਾਡੇ ਨਾਲ ਜੁੜੇ ਹੈ ਉਸਤਾਦ ਆਵਾਜ਼ ਬਾਜਾ, ਪਾਕਿਸਤਾਨ ਇੰਟਰਨੈਸ਼ਨਲ ਕਬੱਡੀ ਖਿਡਾਰੀ ਜਿਹਨੇ ਪੂਰੀ ਦੁਨੀਆ ਦੇ ਵਿੱਚ, ਖਸੂਸਨ ਮੈਂ ਦੱਸਦਾ ਚੱਲਾਂ ਕਿ ਇਸ ਨੌਜਵਾਨ ਨੇ ਇੰਡੀਆ ਦੇ ਵਿੱਚ ਜਾ ਕੇ ਪਾਕਿਸਤਾਨੀ ਸ਼ਿਮਲਾ ਉੱਚਾ ਕੀਤਾ। ਆਵਾਜ਼ ਬਾਜਾ ਸਾਹਿਬ ਤੁਹਾਡੀਆਂ ਮੁਹੱਬਤਾਂ ਨੂੰ ਸਲਾਮ ਹੈ ਕਿ ਪਾਕਿਸਤਾਨੀ ਸ਼ਿਮਲਾ ਪੂਰੀ ਦੁਨੀਆ ਦੇ ਵਿੱਚ ਉੱਚਾ ਕੀਤਾ। ਇੱਧਰ ਕੀ ਹੋ ਗਿਆ, ਇੱਧਰ ਕੀ ਹੋ ਗਿਆ, ਇੱਧਰ ਕੀ ਹੋ ਗਿਆ ਮਿੱਤਰੋ, ਥੋੜਾ ਥੋੜਾ ਪਿੱਛੇ ਹਟ ਗਏ, ਪੂਰੀ ਬਾਜਾ ਬਾਜਾ ਸਮਾਂ ਕਿ ਸਾਡੇ ਕਾਰ ਉੱਧਰ ਕੀ ਹੋ ਗਿਆ, ਕਿੱਟਾ ਫੜਨ ਦੀ ਕੋਸ਼ਿਸ਼ ਲੱਕ ਭਰਿਆ ਹੋਇਆ, ਸ਼ੀਲਾ ਮਹਿਰ ਨੇ ਕਹਿੰਦੇ ਰਾਹ ਰੋਕਿਆ ਹੋਇਆ, ਬਰੇਕਾਂ ਜਾਮ ਕੀਤੀਆਂ ਹੋਈਆਂ, ਚੱਕੇ ਜਾਮ ਕੀਤੇ ਹੋਏ ਆ, ਸ਼ੀਲਾ ਮਹਿਰ ਤੇਰੀ ਜਵਾਨੀ ਤੇ, ਆਏ ਹਾਏ ਤੇਰੀਆਂ ਜਵਾਨੀਆਂ। ਆ ਜਾ ਵੀਰਿਆ ਸ਼ੀਲਾ ਮਹਿਰ, ਇੱਧਰ ਆ ਜਾ, ਆਹ ਮੁੰਡੇ ਨੇ ਸੋਹਣੇ ਚੱਕੇ ਜਾਮ ਕੀਤੇ ਭਾਜੀ, 10-14 ਦੇ 10 ਇਸ ਨੇ ਕਹਿੰਦੇ ਆ, 83 ਦੀਆਂ ਬਹੁਤ ਤਗੜੀ ਕਬੱਡੀ ਵਿੱਚ ਮੈਦਾਨ ਦੇ ਉੱਧਰਲੇ ਪਾਸੇ ਫਿਰ ਕਰੀ ਸ਼ੀਲਾ ਮਹਿਰ, ਬਹੁਤ ਤਗੜੇ ਸਟੋਪ ਲਾਏ ਇਸ ਨੌਜਵਾਨ ਨੇ। ਉੱਧਰਲੇ ਪਾਸੇ ਫਿਰ ਕਰੀ ਪਗਲਾ ਭਰਨਾ ਹੋਈਆਂ, ਦੇਰ ਲੱਗਦਾ ਹੋਇਆ ਉਹ ਹੱਸਦਾ ਲੀਤਾ, ਨਾਲੇ ਨਖਰੇ ਫੁਲਾਰ ਭਰਦਾ, ਇਸ ਲਈ ਸਾਰਾ ਜ਼ਮਾਨਾ ਇਸ ਟੱਪਰ ਉੱਤੇ ਭਰਦਾ, ਸੋਹਣਾ ਸਟੋਪ ਲਾਉਣ ਦੀ ਕੋਸ਼ਿਸ਼, ਲੱਖਾਂ ਦਾ ਪਾਰ ਜਾਣ ਦੀ ਕੋਸ਼ਿਸ਼, ਪੱਲੇ ਬੱਲੇ ਸਮਾਂ ਚੱਲਦਾ ਹੋਇਆ, ਇਸ ਨੇ ਤੱਕ ਤੱਕ ਭਰਦਾ ਸੀਗਾ, ਨਹੀਂ ਸਕਣ ਦਾ ਸਮਾਂ। ਹਾਏ ਹਾਏ ਹਾਏ
ਸ਼ੌਕ ਬਣੇ ਨਵਾਬਾਂ ਵਰਗੇ। ਆਜਾ ਮਿੱਤਰਾ
ਖੇਲਾ ਬਾਹਰ ਇੱਧਰ ਆ ਜਾ ਸਟੇਜ ਤੇ ਪਰ ਨੰਬਰ ਕਹਿੰਦੇ ਉਸਨੇ ਬਾਲੂ ਗੁੱਜਰ ਦਾ ਬਾਲੂ ਗੁਜਰਾਤ ਨੂੰ ਆ ਜਾ ਇੱਧਰ ਸਟੇਜ ਤੇ ਬਾਜੀ ਬਾਲੂ ਗੁੱਜਰ 83 ਦੀ ਦਾ ਕਰਕੇ ਪਾਤਾ ਅਗਲੀ ਕਬੱਡੀ ਫਿਰ ਕਰ ਪਾ ਗਈ ਹਾਫਿਜ਼ ਉਸਮਾਨ ਪੱਪਰ ਸ਼ਰਤ ਕਬੱਡੀ ਪਾ ਦੇ ਅੱਜ ਇਸ ਨੂੰ ਦੇਖ ਕੇ ਜਨਾਬ ਕਬੱਡੀ ਦੇ ਵੜ ਕੇ ਵਧੀਆ ਹੋਇਆ ਨੌਜਵਾਨ ਕਬੱਡਰ ਰੱਬ ਸੋਹਣਾ ਚੜ੍ਹਦੀ ਕਲ ਦੇ ਵਿੱਚ ਰੱਖੇ ਚੱਕ ਨੰਬਰ 296 ਪੀਟੀ ਦੀ ਭਾਗਾਂ ਨੂੰ ਧਰਤੀ ਤੇ ਆਖੇ ਪਾਵਾਂ ਦੇ ਕਦੇ ਨਾ ਢੋਲ ਪਾਕੜ ਲਿਖੇ ਹੋਏ ਹਰ ਤਕਦੀਰ ਦੇ ਕਦੇ ਵੀ ਮਿਲਦੇ ਨਹੀਂ ਆਜ ਉਸਮਾਨ ਕਬੱਡੀ ਹਾਫ ਹੋ ਗਿਆ ਜੀ ਜੀ ਸਰਗਾਣਾ ਸਾਹਿਬ ਸਿਟੀ ਵੱਜੀ ਦੇ ਦੂਸਰੇ ਹਾਫ ਦਾ ਖੇਲ ਸ਼ੁਰੂ ਬਿਲਾਲ ਬਾਲੀ ਦੀ ਪਈ ਹੋਈ ਰੇਡ ਵਿੱਚ ਮੈਦਾਨ ਦੇ ਖੱਪਿਆ ਹੋਇਆ ਮੈਦਾਨ ਕਬੱਡੀ ਦਾ ਸਾਹਮਣੇ ਚਾਰ ਗੱਬਾ ਔਰ ਖੱਪੀ ਕੰਨੀ ਸੱਜੀ ਕੰਨੀ ਦੋ ਨੰਬਰ ਤੋਂ ਲੱਗਾ ਹੋਇਆ ਬੰਦਾ ਦੋ ਨੰਬਰ ਕੰਬਾ ਵੀ ਖਤਰਨਾਕ ਤੇ ਦੋ ਨੰਬਰ ਧੁੰਦਾ ਵੀ ਖਤਰਨਾਕ ਜੀ ਨੰਬਰ ਰੇਡਰ ਦੇ ਖਾਤੇ ਜੁੜਦਾ ਹੋਇਆ ਜੀ ਇਨਾਮ ਲੈ ਰਹੇ ਨੌਜਵਾਨ ਇਨਾਮ ਲੈ ਚੌਧਰੀ ਇਨਾਮ ਲੈ ਜਾ ਸਰਦਾਰ ਗੁਲਾਮ ਮੁਸਤਫਾ ਬਲੋਚ ਦੇ ਕੋਲੋਂ ਜੀ ਦੂਜੇ ਪਾਸੇ ਪਈ ਹੋਈ ਰੇਡ ਵਿੱਚ ਮੈਦਾਨ ਦੇ ਮੁਹੰਮਦ ਉਸਮਾਨ ਮੁੰਡੇ ਦਾ ਨਾਮ ਮੁਹੰਮਦ ਉਸਮਾਨ ਬੱਤਾ ਲਾਉਣ ਦੀ ਕੋਸ਼ਿਸ਼ ਔਰ ਖਿੱਚ ਕੇ ਲੈ ਗਿਆ ਨੰਬਰ ਮੁੰਡਾ ਆਪਣੀ ਟੀਮ ਦੇ ਵਾਸਤੇ ਹਾਫਿਜ਼ ਉਸਮਾਨ ਗੁਲਾਮ ਮੁਸਤਫਾ ਬਲੋਚ ਕੋਲ ਇਨਾਮ ਲਓ ਜੀ ਇਹ ਜਿਹੜੇ ਜਿਹੜੇ ਬੰਦਿਆਂ ਨੇ ਇਨਾਮ ਦੀ ਲੋੜ ਨੰਬਰ ਲੈਣ ਤੋਂ ਬਾਅਦ ਬਗੈਰ ਕਹਿਣ ਤੋਂ ਆ ਗਿਆ ਕਰੋ ਜੀ ਸ਼ੀਲਾ ਨਾਲ ਲੱਗਾ ਹੋਇਆ ਜੱਫਾ ਵਿੱਚ ਮੈਦਾਨ ਦੇ ਜਪਾਨੀ ਜੰਦਰਾ ਮਾਰਿਆ ਹੋਇਆ ਮੁੰਡੇ ਨੇ ਛੁਡਾਉਣ ਦੀ ਕੋਸ਼ਿਸ਼ ਚਾਬੀ ਅੱਗੇ ਪਿੱਛੇ ਹੋ ਗਈ ਜੀ ਇਸ ਤਾਲੇ ਦੀ ਔਰ ਸਿੱਧੀ ਵੱਜੀ ਹਾਫਿਜ਼ ਰਫੀਕ ਦੀ ਨੰਬਰ ਸ਼ੀਲੇ ਨਾਲ ਦੇ ਖਾਤੇ ਜੁੜ ਰਿਹਾ ਸ਼ੀਲਾ ਨਾਲ ਇਨਾਮ ਲੈ ਰਹੀ ਜਿਹੜੇ ਜਿਹੜੇ ਦੋਸਤ ਵੀ ਨੰਬਰ ਲੈਂਦੇ ਹੋ ਚਾਹੇ ਰੇਡਰ ਹੋ ਜਾਂ ਜਾਫੀ ਹੋ ਚੁੱਪ ਕਰਕੇ ਸਿੱਧਾ ਇੱਧਰ ਨੂੰ ਆ ਜਾ ਕਰੋ ਸਟੇਜ ਵਾਲੇ ਪਾਸੇ ਇੱਕ ਹੋਰ ਇੰਤਜ਼ਾਮੀਆ ਨੇ ਵਾਧਾ ਕੀਤਾ ਹੈ ਜੀ ਮਹਿਮਾਨ ਬਹੁਤ ਉੱਚੇ ਬਾਹ ਦਿੱਤੇ ਨੇ ਉੱਥੇ ਤੱਕ ਖਿਲਾੜੀਆਂ ਦੀ ਪਹੁੰਚ ਹੀ ਨਹੀਂ ਹੁੰਦੀ ਫਿਰ ਵੀ ਪਾਰਸਲ ਕੀਤਾ ਜਾ ਸਕਦਾ ਇਨਾਮ ਜੀ ਕੋਈ ਬੰਦਾ ਵੀ ਇਨਾਮ ਦੇਣਾ ਚਾਹੀਦਾ ਵੱਡੀਆਂ ਟੀਮਾਂ ਦੇ ਗਾਸ ਹੋ ਰਹੇ ਨੇ ਜੀ ਇਸ ਵਾਸਤੇ ਮੈਚ ਰੁਕਿਆ ਅਰਸ਼ਦ ਰਾਣਾ ਰਾਸ਼ਦ ਸਾਹਿਬ ਥੈਂਕ ਯੂ ਜੀ ਮੈਚ ਸ਼ੁਰੂ ਹੋ ਗਿਆ ਜੀ ਪਈ ਹੋਈ ਕਬੱਡੀ ਵਿੱਚ ਮੈਦਾਨ ਦੇ ਖੇਡਾਂ ਦੀ ਸਰਦਾਰ ਖੇਡ ਕਬੱਡੀ ਜਿਹਦੇ ਝਲਕਾਰੇ ਤੁਸੀਂ ਵੇਖ ਰਹੇ ਹੋ ਜੀ ਰੋਡ ਤੇ ਆਇਆ ਮੁਹੰਮਦ ਆਬਦ ਮੁੰਡੇ ਦਾ ਨਾਮ ਆਉਂਦੇ ਜੋ ਪਲੇਅਰ ਮੁੰਡੇ ਨੂੰ ਵੇਖੋ ਕੀ ਬਣਦਾ ਜੋ ਚੱਕਾ ਲੱਗਾ ਹੋਇਆ ਆਏ ਹਾਏ ਹਾਏ ਪਿਆ ਬਾਜ ਜੀ ਸਹੀ ਬਣੇ ਪਿਆ ਮੁੰਡੇ ਨੂੰ ਸ਼ਮੀ ਲੱਗਾ ਹੋਇਆ ਜੀ ਸਿਟੀ ਵੱਜੀ ਦੇ ਨੰਬਰ ਹਰਵਿੰਦਰ ਦੇ ਖਾਤੇ ਜੁੜਦਾ ਹੋਇਆ ਜੀ ਇਨਾਮ ਲੈ ਜੀ ਪੁੱਤਰ ਇੱਧਰ ਨੂੰ ਆ ਗਿਆ ਸਟੇਜ ਵਾਲੇ ਪਾਸੇ ਜੀਓ ਸਰਦਾਰ ਗੁਲਾਮ ਮੁਸਤਫਾ ਬਲੋਚ ਸਾਹਿਬ ਜਨਾਬ ਮੁਹੰਮਦ ਜਨਾਬ ਰਾਣਾ ਖਾਲਿਦ ਸਾਹਿਬ ਹੌਸਲਾ ਅਫਜ਼ਾਈ ਦਾ ਬਿਆਨ ਸ਼ੁਕਰੀਆ ਜੀ ਬਾਲੀ ਨੰਬਰ ਲੈ ਆਇਆ ਜੀ ਬੁਖਾਰੀ ਕਲੱਬ ਤੇ ਪੱਖਰ ਕਿੱਟ ਕਰੋ ਜੀ ਮਿੰਟ ਮਾਰੋ ਰਾਣਾ ਸਾਹਿਬ ਰਾਣਾ ਇਸ਼ਤਿਆਕ ਸਾਹਿਬ ਔਰ ਬੁਖਾਰੀ ਕਬੱਡੀ ਕਲੱਬ ਚੌਧਰੀ ਸਾਈਡ ਗੁੱਜਰ ਸਾਹਿਬ ਕਿੱਟ ਕਰਾਓ ਜੀ ਪਈ ਹੋਈ ਕਬੱਡੀ ਵਿੱਚ ਮੈਦਾਨ ਦੇ ਟੱਚ ਹੋ ਗਿਆ ਜੀ ਤਗੜੇ ਤੇ ਪਏ ਗਏ ਸਾਈ ਦੋ ਦਰਜਨ ਨੰਬਰ ਹੋ ਗਏ ਜੀ 66 ਚੱਕ ਵਾਲਿਆਂ ਦੇ ਯਾਨੀ 24 ਨੰਬਰ ਦੇ ਦੂਜੇ ਪਾਸੇ 17 ਨੰਬਰ ਰੇਡ ਦੇ ਦੂਸਰੇ ਪਾਸੇ ਜਨਾਬ ਛੀਲਾ ਮਹਿਰ ਜਾਫੀ ਹੈ ਜੀ ਟੱਕਰਾ ਹੋਇਆ ਹੈ ਛੀਲੇ ਮਹਿਰ ਦਾ
ਸ਼ਕੀਲ ਨਾਲ, ਸ਼ਕੀਲ ਤੋਂ ਸ਼ਕੀਲ ਜੀ ਵੈਲਕਮ ਜਨਾਬ ਚੌਧਰੀ ਨਜ਼ਰ ਗੁੱਜਰ ਪਾਕਿਸਤਾਨ ਵਾਪਦਾ। ਸਤ ਬਿਸਮਿਲਾ ਜੀ ਆਇਆਂ ਨੂੰ, ਲੱਖ ਬਿਸਮਿਲਾ ਜੀ ਆਇਆਂ ਨੂੰ, ਜਿੰਦੇ ਵਸਦੇ ਰਹੋ ਜੀ। ਕਬੱਡੀ ਪ੍ਰਮੋਟਰ ਜਨਾਬ ਚੌਧਰੀ ਨਜ਼ਰ ਗੁੱਜਰ ਸਾਹਿਬ, 25-18 ਦਾ ਮੁਕਾਬਲਾ ਇੱਕ ਵਾਰੀ ਫਿਰ ਬੋਲਿਆ ਹੋਇਆ ਧਾਵਾ ਵਿੱਚ ਮੈਦਾਨ ਦੇ। ਸਮੀ ਗੁੱਜਰ ਸਾਹਿਬ, ਕਿੱਟ ਕਰਵਾਓ ਟੀਮ ਨੂੰ ਬੁਖਾਰੀ ਕਬੱਡੀ ਕਲੱਬ, ਮੁਹੱਬਤਾਂ ਦਾ ਬਹੁਤ ਸ਼ੁਕਰੀਆ। ਜਨਾਬ ਚੌਧਰੀ ਨਜ਼ਰ ਗੁੱਜਰ ਪਾਕਿਸਤਾਨ ਵਾਪਦਾ, ਆਪਣੀ ਆਮਦ ਦੇ 500 ਰੁਪਏ ਨਾਮ ਲੈਣਾ ਚੀਜ਼ ਵਾਸਤੇ ਨੰਬਰ ਜੁੜਵਾ ਹੋਇਆ ਰੇਡਰ ਦੇ ਖਾਤੇ। 19-25 ਦਾ ਮੁਕਾਬਲਾ ਜੀ, ਜਿਹਨੂੰ ਵੀ ਇਨਾਮ ਚਾਹੀਦਾ ਚੁੱਪ ਕਰਕੇ ਉਹਦੇ ਨੂੰ ਆ ਜਾਣਾ ਹੈ, ਜਿਹਨੂੰ ਨਹੀਂ ਚਾਹੀਦਾ ਉਹ ਨਾ ਆਵੇ। ਉਹਨਾਂ ਕਮੈਂਟਰੀ ਤੇ ਜ਼ੋਰ ਨਹੀਂ ਲੱਗਾ ਜਿੰਨਾ ਤੁਹਾਨੂੰ ਸੱਦਣ ਦਾ ਜ਼ੋਰ ਲੱਗਾ। ਨੰਬਰ ਉਸਮਾਨ ਦੇ ਖਾਤੇ ਜੁੜਦਾ ਹੈ ਜੀ, ਨੰਬਰ ਹਾਫਿਜ਼ ਉਸਮਾਨ ਦਾ। ਜਿਸ ਖਿਡਾਰੀ ਨੂੰ ਇਨਾਮ ਚਾਹੀਦਾ ਚੁੱਪ ਕਰਕੇ ਨੰਬਰ ਲੈ ਕੇ ਉਹਦੇ ਨੂੰ ਆ ਜਾ, ਚਾਹੇ ਰੋਡਾ ਰਹੇਗਾ। ਸਮੀ ਗੁੱਜਰ ਸਾਹਿਬ, ਆਪਣੀ ਟੀਮ ਨੂੰ ਤਿਆਰ ਕਰੋ, ਗੱਡੀ ਦੇ ਕੋਲ ਪਹੁੰਚੋ ਜੀ। ਮੈਂ ਮਜ਼ਾਕ ਕਰ ਰਿਹਾ, ਗੁੱਜਰ ਵਾਲੇ ਗੱਡੀ ਦੇ ਕੋਲ ਪਹੁੰਚੋ ਜੀ। ਮਾਮਾ ਜੱਟ ਲੱਗਾ ਹੋਇਆ ਜੀ, ਮੁੰਡਾ ਜੱਟਾਂ ਦਾ ਬਿਸਮਿਲਾ ਪੜ ਕੇ ਲੱਗਾ ਹੋਇਆ, ਵੇਖੋ ਕੀ ਕਰ ਰਿਹਾ ਜੀ। ਸਤਾਈ ਜੀ, ਆਏ ਹਾਏ ਹਾਏ, ਕਿਆ ਬਾਤ ਹੈ ਜੀ। ਮੁਹੰਮਦ ਆਬਦ ਜੀ ਮੁੰਡਾ ਰੇਡ ਤੇ, ਔਰ ਅੰਗੇ ਹੀ ਜੱਪ ਲਿਆ ਮੁੰਡੇ ਨੂੰ, ਲੱਗਾ ਹੋਇਆ ਜੱਫਾ ਛੁਡਾਉਣ ਦੀ ਕੋਸ਼ਿਸ਼, ਹਰ ਪੂਰ ਕੋਸ਼ਿਸ਼ ਪੰਛੀ ਵੱਲ ਪਰੇਸ਼ਾਨ ਹੋ ਗਈ ਏ, ਹਰ ਕੋਸ਼ਿਸ਼ ਨਾਕਾਮ ਹੋ ਗਈ ਏ। ਤਕੜਾ ਲੱਗਾ ਹੈ ਜੀ ਜੱਫਾ, ਸੀਟੀ ਵੱਜੀ ਜ਼ਿਆ ਸਰਗਾਣਾ ਦੀ, ਤੇ ਨੰਬਰ ਜਾਫੀ ਦੇ ਖਾਤੇ ਜੁੜਦਾ ਹੋਇਆ। ਅਗਰ ਇਨਾਮ ਦੀ ਲੋੜ ਹੈ ਤੇ ਗੁਰੂ ਨੂੰ ਆ ਜਾਓ ਜੀ। ਬਾਲੀ ਗੁੱਜਰ ਦਾ ਬੋਲਿਆ ਹੋਇਆ ਤਾਲਾ ਵਿੱਚ ਮੈਦਾਨ ਤੇ, ਨਾਨਾ ਆਹ ਲੋਕਨ ਕਬੱਡੀ ਟੂਰਨਾਮੈਂਟ ਤੁਸੀਂ ਦੇਖ ਰਹੇ ਹੋ ਜੀ। ਜੀ ਜਨਾਬ ਸਰਦਾਰ ਗੁਲਾਮ ਮੁਸਤਫਾ ਬਲੋਚ, 20-27 ਦਾ ਮੁਕਾਬਲਾ ਜੀ, 27 ਨੰਬਰ 66 ਤੇ 20 ਨੰਬਰ 83 ਚੱਕ, ਦੂਸਰੇ ਪਾਸੇ ਧੂੜਾ ਪੱਟਦਾ ਹੋਇਆ ਮੁੰਡਾ ਛੀਨਾ ਲਾ ਰਿਹਾ ਹੈ, ਔਰ ਨੰਬਰ ਲੈ ਗਿਆ ਵੀ ਆਪਣੇ ਟੀਮ ਦੇ ਵਾਸਤੇ ਨੌਜਵਾਨ, ਸਿੱਧਾ ਇੱਧਰ ਆ ਜਾ। ਮੁਹੰਮਦ ਬਿਲਾਲ ਦੂਸਰੇ ਪਾਸੇ ਪਈ ਹੋਈ ਕਬੱਡੀ ਵਿੱਚ ਮੈਦਾਨ ਦੇ, ਹਾਫਿਜ਼ ਉਸਮਾਨ ਸਾਹਮਣੇ ਚਾਰ ਚੀਤੇ ਧੱਕਾ ਲਾਉਣ ਦੀ ਕੋਸ਼ਿਸ਼, ਔਰ ਖੱਬੀ ਕੰਨੀ ਦੇ ਨੰਬਰ ਦੇ ਲੱਗਾ ਮੁੰਡਾ, ਨੰਬਰ ਰੇਡਰ ਦੇ ਖਾਤੇ ਜੁੜਦਾ ਹੋਇਆ ਜੀ। ਆਵੇ ਇਨਾਮ ਲੈ, ਮੈਲੀਆਂ ਅੱਖਾਂ ਧੋ ਨਾ ਲਈਏ, ਕਿਸੇ ਬਹਾਨੇ ਰੋ ਨਾ ਲਈਏ, ਇੱਥੇ ਉਹਨੂੰ ਤੱਕਿਆ ਸੀ, ਇੱਥੇ ਝੱਟ ਖਲੋ ਨਾ ਲਈਏ। ਸ਼ਾਇਕੀ ਨਜ਼ਰਾਤ ਦੀ ਬਹੁਤ ਬੜੀ ਤਾਦਾਦ ਪੰਡਾਲ ਵਿੱਚ ਮੌਜੂਦ, ਆਉਣ ਵਾਲੇ ਤਮਾਮ ਸ਼ਾਇਕੀ ਨਜ਼ਰਾਤ ਨੂੰ ਖੁਸ਼ਾਮਦੀਦ ਜੀ। ਮਾਨੋ ਜੱਟ ਲੱਗਾ ਹੋਇਆ ਜੀ, ਭਰੀਆਂ ਹੋਈਆਂ ਬੱਦਲਾਂ ਛੁਡਾਉਣ ਦੀ ਕੋਸ਼ਿਸ਼, ਧੂੜਾ ਪੱਟਦਾ ਹੋਇਆ ਮੁੰਡਾ, ਸਿੱਧੀ ਵੱਜੀ ਹਾਫਿਜ਼ ਰਫੀਕ ਦੀ, ਨੰਬਰ ਚਾਫੀ ਦੇ ਖਾਤੇ ਜੁੜਦਾ ਹੋਇਆ। ਮਾਨੋ ਅਗਰ ਪੈਸੇ ਚਾਹੀਦੇ ਨੇ ਬੇਦਰ ਆ ਜਾ, ਸਰਦਾਰ ਗੁਲਾਮ ਮੁਸਤਫਾ ਬਲੋਚ ਦੇਰੀ ਪੈਸਿਆਂ ਦੇ ਲੈ ਕੇ ਆਏ ਨੇ ਜੀ। ਅਬਦੁੱਲਾ
ਰਾਣਾ ਅਬਦੁੱਲਾ ਜੀ ਧੱਕਾ ਲਾਉਣ ਦੀ ਕੋਸ਼ਿਸ਼ ਰਾਣੇ ਨੂੰ ਭੱਜ ਜਵਾਨਾ ਭੱਜ ਨੰਬਰ ਰਾਣਾ ਅਬਦੁੱਲਾ ਦੇ ਖਾਤੇ ਫਿਰ ਰਿਹਾ ਜੀ 30-21 ਦਾ ਮੁਕਾਬਲਾ ਜੀ ਨੰਬਰ ਜ਼ੈਨ ਦੇ ਖਾਤੇ ਜੁੜ ਰਿਹਾ ਜੀ ਜਿਹੜੇ ਜਿਹੜੇ ਸੱਜਣਾਂ ਨੇ ਸਟਾਲ ਲਾਏ ਉਹਨਾਂ ਦੇ ਵਿੱਚ ਸਪੈਸ਼ਲ ਬਦਾਮੀ ਕੁਲਫੀ ਦਾ ਸਟਾਲ ਵੀ ਮੌਜੂਦ ਜੀ ਫੈਸਲਾਬਾਦੀ ਜੁਗਤਾਂ ਬੜੀਆਂ ਮਾਰਦੇ ਨੇ ਭਾਈ ਦਿਲ ਕਰੇ ਤੇ ਖਾ ਸਕਦੇ ਹੋ ਲੇਕਿਨ ਪੈਸੇ ਦੇ ਕੇ ਹਾਫਿਜ਼ ਉਸਮਾਨ ਦੀ ਪਹਿਲੀ ਰੇਡ ਵਿੱਚ ਮੈਦਾਨ ਦੇ ਨੰਬਰ ਜੁੜ ਰਿਹਾ ਹਾਫਿਜ਼ ਉਸਮਾਨ ਦੇ ਖਾਤੇ ਜੀ ਹਾਫਿਜ਼ ਉਸਮਾਨ ਤੇ ਬਾਲੀ ਗੁੱਜਰ ਨਾਨ ਸਟਾਪ ਨੇ ਮੇਰਾ ਖਿਆਲ ਹੈ ਨਾ ਨਾਨ ਸਟਾਪ ਹੀ ਨੇ ਅਜੇ ਤੱਕ ਤਾੜੀਆਂ ਵਜਾਵੇ ਜੀ ਮੈਰ ਵਾਸਤੇ 32-22 ਦਾ ਮੁਕਾਬਲਾ ਰਾਣਾ ਅਬਦੁੱਲਾ ਰਾਣਾ ਇਸ਼ਤਿਆਕ ਦਾ ਭਤੀਜਾ ਭਾਣਜਾ ਜੀ 33 ਨੰਬਰ ਹੋ ਗਏ ਸ਼ਾਰ ਚੱਕ ਸਿਰਫ 2 ਨੰਬਰ ਚਾਹੀਦੇ ਨੇ ਮੈਚ ਜਿੱਤਣ ਵਾਸਤੇ ਇੱਕ ਵਾਰੀ ਫਿਰ ਦੂਜੇ ਪਾਸੇ ਲੰਬੇ ਕੱਦ ਦਾ ਨੌਜਵਾਨ ਚੁੱਕਿਆ ਹੋਇਆ ਮੌਜੂਦ ਵਿੱਚ ਮੈਦਾਨ ਦਾ ਚੁਕਾਨੀ ਹੋਰ ਮਿੱਟੀ ਪਟਾਕੇ ਹੋਰ ਰਵਾਨਕੇ ਰਾਣਾ ਇਸ਼ਤਿਆਕ ਦਾ ਭਤੀਜਾ ਜੇਪੀ ਰਾਣਾ ਸਾਹਿਬ ਰਾਣਾ ਇਸ਼ਤਿਆਕ ਨੇ ਲਾਉਣੀਆਂ ਤਾੜੀਆਂ ਬਹੁਤ ਅੱਛੇ ਕਮੈਂਟਰ ਪੈਦਾ ਕੀਤੇ ਜੀ ਇਲਾਕੇ ਦੇ ਵਿੱਚ ਰਾਣਾ ਇਸ਼ਤਿਆਕ ਸਾਹਿਬ ਨੇ ਕਾਮਯਾਬੀ ਦੇ ਬਿਲਕੁਲ ਨੇੜੇ ਨੇੜੇ ਜੀਓ ਸਰਦਾਰ ਸਫਦਰ ਖਾਨ ਬਲੋਚ ਅਗਲੀਆਂ ਟੀਮਾਂ ਕਿੱਟ ਕਰਕੇ ਫਿਲ ਫਾਇਰ ਆ ਜੀ ਔਰ ਸਿੱਧੀ ਵੱਜੀ ਤੇ ਜਿੱਤ ਗਿਆ ਸ਼ਿਆਫ ਚੱਕ ਜ਼ਿਲ੍ਹਾ ਪੱਖਰ ਬਹੁਤ ਬਹੁਤ ਮੁਬਾਰਕਬਾਦ ਫਾਈਨਲ 'ਚ ਪਹੁੰਚ ਗਿਆ ਜੀ ਫਾਈਨਲ